गाइस तो आज हम मात भाई के साथ आए हैं। इधर भाई की एक कंप्लेंट आई थी कि इधर कोई सांप देखा है उधर, उन्होंने तो देखते हैं इधर मिलता है कि नहीं भाई को। ठीक हो गया ਕੰਦਾ ਯਾਰ ਸਾਨਾ ਸੀ ਐਕਚੁਅਲੀ ਮੈਂ ਕਿਹਾ ਕਰਦਾ ਸੀ ਕਣਕ ਨੂੰ ਗੇੜਾ ਕੱਢਣਾ ਹੈ ਆ ਕਣਕ ਨੂੰ ਗੇੜਾ ਕੱਢਣ ਉਹ ਕਿੱਧਰ ਗਿਆ ਚਲਾ ਗਿਆ ਇੱਥੇ ਬੈਠਾ ਸੀਗਾ ਕਹਿ ਰਿਹਾ ਸੀਗਾ ਕਿ ਨਿਸ਼ਾ ਰਿਪੋਰਟ ਕੀ ਹੋਈ ਹੈ ਕੋਈ ਜਨਾਲ ਆਪਣੇ ਜਾਣਾ ਮੈਂ ਅੱਛਾ ਮੈਂ ਕਿਹਾ ਤਾਂ ਚਲਾ ਗਿਆ ਸੀ ਉਹ ਦੇਖਣਾ ਚਲੋ ਠੀਕ ਆਪਾਂ ਵੇਖ ਲੈਣੇ ਨੇ ਕਿਹੜਾ ਕੱਪ ਆਉਂਦਾ ਹੁੰਦਾ ਤੇ ਸੋਚ ਜਰਾ ਸ਼ਾਇਦ ਆਸਾਨੀ ਹੋ ਜਾਂਦੀ ਕੋ ਦੱਸ ਦਿੰਦਾ ਕਿੱਧਰਲੀ ਸਾਈਡ ਤੇ ਚੱਲ ਲੱਭ ਲੈਨੇ ਆ ਜ਼ਿਆਦਾ ਚਾਂਸ ਤਾਂ ਜੋਗੀ ਇਸ ਸਾਈਡ ਤੇ ਹੀ ਆ ਕਿਤੇ ਇਹ ਛਾਂ ਥੋੜੀ ਜਿਹੀ ਛਾਂ ਛੱਡਣੀ ਪੈਣੀ ਅੱਛਾ ਅੱਜ ਕੱਲ ਸੱਪ ਛਾਂ ਤੇ ਨਹੀਂ ਰਹਿੰਦਾ ਧੁੱਪ ਲੱਗਦੀ ਧੁੱਪ ਜਿੱਤੀ ਦਸੰਬਰ ਚੱਲ ਦਸੰਬਰ ਤਾਂ ਬਰਕਨਾਂਗਾ ਜਨਵਰੀ ਚੱਲ ਰਿਹਾ 2023 ਦਾ ਫਸਟ ਜਨਵਰੀ ਨਹਿਰ ਲੈ ਜਾਊਗੀ ਪਿਛਲੀ ਸਾਈਡ ਤੇ ਪਏ ਪਏ ਪਾਣੀ ਆ ਪਾਣੀ ਆ ਟਿਊਬਲ ਦਾ ਹੈ ਖੁੜ ਖੁੜ ਬੜੀ ਵੱਟੀ ਜੀ ਚੱਲ ਲਈ ਰਿਮੋਟ ਚ ਆ ਵੀ ਇੱਕ ਜੋਗੀ ਆ ਜੜ ਚ ਇੱਧਰ ਵੀ ਇੱਕ ਇੱਧਰ ਨਹੀਂ ਪੱਟੀ ਖੁੱਡ ਪੱਟੀ ਪੱਟੀ ਹੋਈ ਹੈ ਆਹ ਪਹਿਲੇ ਵੀ ਵਜੀਆਂ ਹੋਈਆਂ ਕਿੰਨੀਆਂ ਚੰਗੀਆਂ ਸੀ ਨਾ ਜਦੋਂ ਪੈਪ ਜਾਂ ਦੱਬਿਆ ਉਦੋਂ ਪੱਟੀ ਸਮੈਲ ਜੀ ਬੜੀ ਆ ਰਹੀ ਇੱਥੋਂ ਪਤਾ ਨਹੀਂ ਦਰਖਤਾਂ ਦੀ ਆ ਰਹੀ ਇਹਨਾਂ ਦੀ ਚੀਜ਼ ਕਾਹ ਪੂਰੀ ਆ ਰਹੀ
ਜੋਗੀ ਉਹ ਤੜਤੇ ਹੋ ਸਕਦਾ ਵੇਖ ਲੈਂਦੇ ਹਾਂ ਮੈਂ ਆਪਣੀ ਤਰਾਈ ਪੂਰੀ ਕਰ ਲਵਾਂ ਇੱਕ ਵਾਰੀ ਤੂੰ ਲਾਜ਼ਮੀ ਤਾਂ ਨਹੀਂ ਏਡਾ ਟਿੱਬਾ ਇੱਕ ਤਾਂ ਨਹੀਂ ਸੱਪ ਹੋਣਾ ਵੇਖ ਲਾ ਜੋਗੀ ਤੜਤੇ ਵੀ ਧੁੱਪ ਤਾਂ ਬੜੀ ਪੈ ਰਹੀ ਹੈ ਇੱਕ ਦਫ਼ਾ ਮਿਲਿਆ ਸੀ ਆਪਾਂ ਤੜਤੇ ਵੀ ਸੀ ਨਾ ਵੇਖ ਲੈਂਦੇ ਫਿਰ ਯਾਰ ਮੈਂ ਹੁਣ ਚੱਲਣਾ ਇੱਥੇ ਕੋਈ ਨਹੀਂ ਮੈਂ ਹੁਣ ਚੱਲਣਾ ਹੈ ਮੈਨੂੰ ਘਰ ਕੰਮ ਚੱਲ ਵੇਖ ਲੈ ਇੱਧਰੋਂ ਵੇਖ ਜੀ ਇੱਧਰੋਂ ਵੇਖ ਲਾ ਅਗਲਾ ਸਾਨੂੰ ਕਣਕ ਨਾ ਖਰਾਬ ਕਰੇ ਨਹੀਂ ਹੈ ਉਹ ਟਿੱਬਾ ਹੀ ਬਹੁਤ ਵੱਡਾ ਇੱਥੇ ਕਿਹੜਾ ਲੱਭਣਾ ਇੱਥੇ ਤੇ ਚੱਕ ਨੀ ਪਈ ਚੱਕ ਯਾਰ ਮੈਨੂੰ ਇੱਥੇ ਪਈ ਚੜਕ ਜਾਂਦੇ ਨੇ ਸੱਪ ਅੱਜ ਕੱਲ੍ਹ ਧੁੱਪ ਸੇਕਦੇ ਅੱਛਾ ਹੈ ਕੋਈ ਸੱਪ ਬੈਠਾ ਚਾਹ ਬੈਠਾ ਥੱਲੇ ਬੜਾ ਚਮਕੀਲਾ ਹੈ ਜਾਣਾ ਇਹਨੇ ਭਜਾਇਆ ਹੋਇਆ ਬੇਲੀ ਕਹਿੰਦਾ ਸੀ ਕਣਕ ਚ ਫਿਰਦਾ ਵਾਕਿਆ ਕਣਕ ਚ ਹੀ ਸੀ ਵੇਖ ਲੈ ਮੈਂ ਉੱਧਰ ਟਿੱਬਿਆਂ ਨਾਲ ਘੁੰਮਦਾ ਫਿਰਦਾ ਸੀ ਕਣਕ ਚ ਹੀ ਟੱਕਰਿਆ ਬਾਈ ਯਾਰ ਸੱਚਾ ਸੀ ਬਾਬਾ ਕੂੜ ਨੀ ਸੰਭਾਲਦਾ ਜੋਗੀ ਕੀ ਇਹ ਸੱਪ ਕਾਲਾ ਤਾਂ ਨਹੀਂ ਲੱਗਦਾ ਇਹਦਾ ਨਾਮ ਹੈ ਜੀ ਕਾਲਾ ਹੀ ਹੈ ਤਾਂ ਤੇ ਇਹਦਾ ਨਾਮ ਹੈ ਪਦਮ ਪਦਮ ਅੱਛਾ ਹਾਂ ਨਵੀਂ ਵੈਰਾਈਟੀ ਹੈ ਲੜੇ ਪਦਮ ਤੇ ਪੁੱਟ ਨਾ ਦੇ ਕਦਮ ਅੱਛਾ ਇਹ ਹੈ ਬਹੁਤ ਜ਼ਰੀਲੀ ਹੈਵੀ ਜ਼ਰੀਲਾ ਸੱਪ ਹੈ ਤੇ ਇਹਨੂੰ ਆਮ ਜ਼ਬਾਨ ਚ ਕੀ ਕਹਿੰਦੇ ਜੋਗੀ ਜ਼ਰਾ ਉਧਰ ਟਿੱਬੇ ਤੇ ਆ ਕੇ ਜ਼ਰਾ ਇੱਧਰ ਆ ਜਾ ਹਾਂ ਖੁੱਲੇ ਚ ਆ ਕੇ ਪਤਾ ਲੱਗ ਜਾਣਾ ਨਾਲੇ ਤਫਸੀਲ ਦੱਸ ਸਾਨੂੰ ਇਹ ਜ਼ਰਾ ਕੀ ਸੱਪ ਹੈ ਇਹਨੇ ਭਜਾਇਆ ਬਹੁਤ ਜ਼ਿਆਦਾ ਵੇਖ ਲੈ ਇਹ ਬੰਦਾ ਕਹਿੰਦਾ ਸੀ ਕਣਕ 'ਚ ਫਿਰਦਾ ਤਾਂ ਵਾਕਿਆ ਫਿਰਦਾ ਕਣਕ 'ਚ ਹੀ ਸੀ ਅੱਛਾ ਅਤੇ ਖਾਲੇ 'ਚ ਰਹਿ ਗਿਆ ਸੀ ਨਾ ਉਹ ਭੱਜ ਗਿਆ ਅਤੇ ਖਾਲੇ 'ਚ ਧੁੱਪ ਸੇਕਣ ਹੋ ਗਿਆ ਅੱਛਾ ਸਹੀ ਅਤੇ ਕੀ ਜੋਗੀ ਸੱਪ ਇਹ ਕੀ ਖਸੂਸੀਅਤ ਹੈ ਇਹ ਜੀ ਕਾਲੇ ਤੋਂ ਕਾਲੇ ਜਿੰਨੀ ਤਾਕਤ ਇਹਦੇ 'ਚ ਅੱਛਾ ਕਾਲੇ ਸੱਪ ਜਿੰਨੀ ਤਾਕਤ ਇਹ ਲੜ ਜਾਏ ਬੰਦੇ ਨੂੰ ਫੌਰਨ ਮਾਰ ਦਿੰਦਾ ਅੱਛਾ ਇਹ ਜ਼ਹਿਰੀਲਾ ਆਮ ਸੱਪ ਨਹੀਂ ਇਹ ਜ਼ਹਿਰੀਲਾ ਮੈਂ ਵੇਖਣਾ ਇਹਦੇ ਸ਼ਿਕਾਟ ਹਾਂਜੀ ਇਹ ਬੱਚਾ ਜੋਗੀ ਕਿ ਫੁੱਲ ਸਾਈਜ਼ ਹੈ ਨਹੀਂ ਫੁੱਲ ਸਾਈਜ਼ ਹੈ ਵੈਰਾਈਟੀ ਹੈ ਫੁੱਲ ਸਾਈਜ਼ ਹੈ ਹਾਂਜੀ ਦੀ ਵੈਰਾਈਟੀ ਹੈ ਅੱਛਾ ਤੇ ਕੀ ਹੱਲ ਹੈ ਇਹਦਾ ਫਿਰ ਜੇ ਬੰਦੇ ਲੜ ਲੁੜ ਜਾਵੇ ਜੇ ਲੜ ਜਾਏ ਤਾਂ ਸਾਡੇ ਕੋਲ ਇਹਦੇ ਇਹਦੇ ਵਾਸਤੇ ਬਹੁਤ ਹੱਲ ਹੁੰਦੇ ਨੇ ਅੱਛਾ ਨਹੀਂ ਕਿਉਂਕਿ ਹੁਣ ਜਿਵੇਂ ਇੱਥੇ ਹੁਣ ਫਸਲਾਂ 'ਚ ਫਿਰਦਾ ਸੀ ਇੱਦਾਂ ਬੰਦੇ ਦੇ ਪਾਣੀ ਪੂਣੀ ਲਾਉਣ ਆਏ ਤੇ ਲੜ ਜਾਵੇ ਹਾਂਜੀ ਜ਼ਿਆਦਾ ਮੌਕੇ 'ਤੇ ਕੀ ਕਰਨਾ ਚਾਹੀਦਾ ਬੰਦੇ ਨੂੰ ਮੌਕੇ 'ਤੇ ਤਾਂ ਬੰਦਾ ਇੱਥੋਂ ਘੁੱਟ ਕੇ ਬਾਂਹ ਬੰਨ ਲਵੇ ਅੱਛਾ ਅਗਰ ਹੱਥ ਉੱਤੇ ਲੜ ਜਾਵੇ ਤਾਂ ਬਾਂਹ ਬੰਨ ਬਾਂਹ ਬੰਨ ਲਓ ਇੱਥੋਂ ਜ਼ਖਮ ਕਰ ਦਿਓ ਲਹੂ ਵਗ ਜਾਏ ਦੇਸੀ ਘਿਓ ਜਿੰਨਾ ਪਿਲਾਇਆ ਜਾਂਦਾ ਪਿਲਾ ਦਿਓ ਦੁੱਧ ਘਿਓ ਅੱਛਾ ਖੱਟਾ ਖੁੱਟਾ ਯਾਨੀ ਕਿ ਖਵਾਉਣਾ ਖੱਟਾ ਨਹੀਂ ਖੱਟਾ ਨਹੀਂ ਕੁਛ ਨਹੀਂ ਉਹਨੂੰ ਹਵਾ ਤੋਂ ਬਚਾਓ ਬੰਦੇ ਨੂੰ ਯਾਨੀ ਕਿ ਬੰਦੇ ਨੂੰ ਹਵਾ ਲੱਗਣ ਤੋਂ ਬਚਾਓ ਹਵਾ ਲੱਗਣ ਤੋਂ ਬਚਾਓ ਜਿੱਥੇ ਉਹਨੇ 2 ਘੰਟੇ ਕਰਨਾ 4 ਘੰਟੇ ਜਿੰਦਾ ਰਹੇਗਾ ਹਾਲ ਬਹੁਤਾ ਟਾਈਮ ਮਿਲ ਜਾਏਗਾ ਲਾਜ ਬਹੁਤਾ ਟਾਈਮ ਮਿਲ ਜਾਏਗਾ ਕਿਉਂਕਿ ਜਿਵੇਂ ਜਿਵੇਂ ਹਵਾ ਲੱਗੇਗੀ ਤੇ ਜ਼ਹਿਰ ਬੰਦੇ 'ਤੇ ਅਸਰ ਕਰੇਗੀ ਹਾਂ ਹਵਾ ਲੱਗੇਗੀ ਤਾਂ ਜ਼ਹਿਰ ਚੜ੍ਹੇਗਾ ਅਤੇ ਕਈ ਲੋਕ ਕਹਿੰਦੇ ਆ ਕਿ ਹਕੀਮ ਕਹਿ ਦਿੰਦੇ ਆ ਕਿ ਜਿਹੜੇ ਸੱਪ ਨੇ ਡੰਗ ਮਾਰਿਆ ਹੋਵੇ ਉਹਨੂੰ ਮਾਰਨਾ ਚਾਹੀਦਾ ਫਿਰ ਬੰਦੇ ਨੂੰ ਆਰਾਮ ਆਉਂਦਾ ਉਵੇਂ ਆਰਾਮ ਨਹੀਂ ਆਉਂਦਾ ਨਹੀਂ ਜੀ ਕਈ ਵਾਰੀ ਡੰਗਾਂ ਵਾਲੇ ਬੰਦੇ ਅਸੀਂ ਬਚਾਏ ਨੇ ਖੁਦ ਮਹਿਮਾਨ ਜੋਗੀ ਅੱਛਾ ਅੱਲਾ ਤੋਂ ਮੰਗ ਕੇ ਆਹ ਹੁਣ ਜ਼ਰਾ ਨਾਜ਼ਰੀਨ ਨੂੰ ਦੱਸੋ ਕਿ ਕਿੱਦਾਂ ਮਿਲਣਾ ਤੁਹਾਨੂੰ ਕਿਹੜੀ ਕਿਹੜੀ ਸ਼ੈਅ ਤੁਹਾਡੇ ਕੋਲ ਪਾਈ ਜਾਂਦੀ ਹੈ ਇਹਨਾਂ ਦੀ ਸੱਪਾਂ ਦੀ ਭਾਅ ਜੀ ਸਾਡੇ ਕੋਲ ਤਾਂ ਸੱਪ ਅੱਲਾ ਮਾਫੀ ਦੇ ਕਿਸੇ ਨੂੰ ਕੋਈ ਜ਼ਹਿਰੀਲੀ ਸ਼ੈਅ ਡੱਸ ਜਾਵੇ ਸੱਪ ਹੋਵੇ ਠੂਹਾ ਹੋਵੇ ਕੀੜਾ ਹੋਵੇ ਔਰ ਮੇਰੇ ਪਿਓ ਦਾਦੇ ਦੀ ਹਿਕਮਤ ਹੈ ਮੈਂ ਪਿਓ ਦਾਦੇ ਦੀ ਹਿਕਮਤ ਨੂੰ ਜਾਇਆ ਨਹੀਂ ਕਰ ਸਕਦਾ ਮੈਂ ਕੰਮ ਕਰਾਂਗਾ ਅੱਲਾ ਦੇ ਹੁਕਮ ਨਾਲ ਮੈਂ ਪਿਓ ਦਾਦੇ ਦੀ ਮੇਰੇ ਦਾ ਕੰਮ ਹੈ ਮੈਂ ਖਾਨਦਾਨੀ ਜੋਗੀ ਹਾਂ ਕਿਸੇ ਨੂੰ ਸੱਪ ਲੜ ਜਾ ਔਰ ਜੈਸੀ ਵੀ ਮੈਡੀਸਨ ਹਰਮਲ ਮੈਡੀਸਨ ਚਾਹੀਦੀ ਹੋਵੇ ਆਪ ਸੇ ਰਾਬਤਾ ਕਰੋ ਮਿਲੇਗੀ ਇਹਨਾਂ ਵਾਸਤੇ ਇਹਨਾਂ ਸੱਪਾਂ ਦਾ ਅਸੀਂ ਤੇਲ ਵੀ ਬਣਾਈਦਾ ਪੱਠਿਆਂ ਦੀ ਕਮਜ਼ੋਰੀ ਵਾਸਤੇ ਔਰ ਲੱਕ ਗੋਡਾ ਕੜਾ ਜਿਸਮ ਦਾ ਕੋਈ ਵੀ ਪੱਠਾ ਕਮਜ਼ੋਰ ਹੈ ਇਹਦੇ ਨਾਲ ਅਸੀਂ ਖਾਣ ਵਾਸਤੇ ਮੈਡੀਸਨ ਵੀ ਦੇਈਦਾ ਦੇਸੀ ਮੈਡੀਸਨ ਹਰਮਨ ਮੈਡੀਸਨ ਜਿਹਨੂੰ ਬੋਲਿਆ ਜਾਂਦਾ ਅਤੇ ਅੱਲਾ ਸ਼ਫਾ ਦੇ ਦਿੰਦਾ ਲਕਵੇ ਦਾ ਫਾਲਜ ਦਾ ਜੋੜ ਦਾ ਦਰਦ ਦਾ ਗੈਠੀਏ ਦਾ ਸ਼ਫਾ ਮੇਰੇ ਮਾਲਕ ਨੇ ਦੇਣਾ ਚਲੋ ਠੀਕ ਹੈ ਫਿਰ ਹੁਣ ਕਰੋ ਕਾਬੂ ਅੱਲਾ ਹਾਫਿਜ਼